ਹੈਲੋ ਹਾਂਜੀ, ਕੀ ਸਲਾਹ ਤੁਹਾਡੀ? ਸਲਾਹ ਤਾਂ ਕੁਛ ਨਹੀਂ, ਬਿਲਕੁਲ ਵੀ ਸਲਾਹ ਤਾਂ ਕੋਈ ਚੁੱਪ ਭਾਈ। ਨਹੀਂ ਬਦਲੀ ਲੱਗਦੀ ਸਲਾਹ, ਰਾਤ ਫੋਨ ਲਾਇਆ ਸੀ ਨਾ। ਨਹੀਂ ਕੋਈ ਨਹੀਂ, ਸਲਾਹ ਬਿਲਕੁਲ ਵੀ ਹੈ ਨਹੀਂ। ਪੱਕੀ ਗੱਲ ਹੈ? ਹਾਂਜੀ ਹਾਂਜੀ। ਫੇਰ ਫੋਨ ਆਇਆ ਸੀ? ਨਹੀਂ ਫੇਰ ਉਦੋਂ ਬਾਅਦ ਤੁਸੀਂ ਕੀਤਾ ਹੋਣੀ ਕੀਤਾ ਬਸ, ਉਦੋਂ ਬਾਅਦ ਤੁਸੀਂ ਗੱਲ ਨਹੀਂ, ਤੁਹਾਨੂੰ ਕਹਿ ਤਾ ਨਹੀਂ ਕਰਨੀ ਗੱਲਬਾਤ ਕੋਈ, ਬਸ ਆਪਣੇ ਬਣੀ ਗੱਲ ਹੈ ਨਹੀਂ ਗੱਲ ਵੀ। ਠੀਕ ਹੈ ਜੀ, ਓਕੇ ਜੀ। ਕਾਗਜ਼ਾਂ ਦਾ ਕਿੱਦਾਂ ਕਰਨੀ, ਭਰਨੇ ਆ ਤੁਸੀਂ ਕਿ ਨਹੀਂ ਭਰਨੇ, ਕਿ ਜਾਂ ਇੱਧਰ ਫਿਰ ਮਾਰਾਂ ਗੋਲੀਆਂ ਤੁਹਾਡੇ ਗੁੜੀ ਵੱਲ? ਨਹੀਂ ਮਾਰ ਨਹੀਂ ਭਰਨੇ ਜੀ, ਨਹੀਂ ਭਰਨੇ, ਕਹਿ ਤਾ ਤੁਹਾਨੂੰ ਅਸੀਂ, ਟੈਨਸ਼ਨ ਨਾ ਲਓ ਵੀਰ। ਹਾਂਜੀ ਨਹੀਂ ਭਰਦੇ ਵੀਰੇ, ਨਹੀਂ ਭਰਦੇ, ਇਹ ਕਹਿ ਤਾ ਤੁਹਾਨੂੰ। 5 ਤਰੀਕ ਤੱਕ ਘਰੋਂ ਨਹੀਂ ਬਾਹਰ ਜਾਣਾ ਚਾਹੀਦਾ ਤੂੰ? ਜੀ 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 ਬਿਲਕੁਲ ਨਹੀਂ ਜਾਂਦੇ। ਘਰੇ ਹੀ ਆ ਨਾ ਹੁਣ ਵੀ? ਹਾਂਜੀ ਹੁਣ ਵੀ ਘਰੇ ਆ। ਘਰੇ ਹੀ ਰਹਿ ਬਸ, ਆਪਦੇ ਮੁੰਡੇ ਨੂੰ ਵੀ ਘਰੇ ਹੀ ਰੱਖ। ਓਕੇ ਜੀ ਓਕੇ। ਜੇ ਸਰਪੰਚੀ ਲਈ ਭਰੀ ਨਾਮਜ਼ਦਗੀ ਤਾਂ ਮਾਰ ਦੇਵਾਂਗੇ ਗੋਲੀਆਂ। ਸਰਪੰਚੀ ਦੇ ਉਮੀਦਵਾਰ ਨੂੰ ਫੋਨ ਤੇ ਦਿੱਤੀ ਮਾਰਨ ਦੀ ਧਮਕੀ। ਤਾਂ ਤੁਹਾਨੂੰ ਦੱਸ ਦਈਏ ਕਿ ਸਰਪੰਚੀ ਚੋਣ ਲੜਨ ਦੇ ਚਾਹਵਨ ਨੌਜਵਾਨ ਉਮੀਦਵਾਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਧਮਕੀਆਂ ਭਰੇ ਫੋਨ ਆ ਰਹੇ ਨੇ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹ ਸਰਪੰਚੀ ਦੀ ਚੋਣ ਨਾ ਲੜੇ। ਜੇਕਰ ਉਹ ਲੜੇਗਾ ਤਾਂ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਜਾਣਗੀਆਂ, ਜਿਸ ਤੋਂ ਬਾਅਦ ਇਸ ਸ਼ਖਸ ਨੇ ਇਸ ਸਾਰੀ ਕਾਲ ਆਡੀਓ ਦੀ ਇੱਕ ਵੀਡੀਓ ਵੀ ਬਣਾਈ ਹੈ, ਜਿਸ ਦੇ ਵਿੱਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਸ਼ਖਸ ਉਸਨੂੰ ਧਮਕੀਆਂ ਦੇ ਰਿਹਾ। ਤਾਂ ਇਸ ਸੰਬੰਧੀ ਮਨਿੰਦਰ ਸਿੰਘ ਨੇ ਦੱਸਿਆ ਕਿ ਮੈਂ ਸਰਪੰਚੀ ਦੀ ਚੋਣ ਲੜਨਾ ਚਾਹੁੰਦਾ, ਪਰ ਮੈਨੂੰ ਇਸ ਸੰਬੰਧੀ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੇਰੇ ਵਟਸਐਪ ਨੰਬਰ 'ਤੇ ਮੈਨੂੰ ਅਣਪਛਾਤੇ ਵਿਅਕਤੀਆਂ ਦੇ ਫੋਨ ਆ ਰਹੇ ਨੇ, ਜੋ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ। ਮੇਰੀ ਇੱਕ ਭੈਣ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਅਤੇ ਅਣਪਛਾਤੇ ਵਿਅਕਤੀ ਮੇਰੀ ਭੈਣ ਦਾ ਨਾਮ ਲੈ ਕੇ ਕਹਿ ਰਹੇ ਨੇ ਕਿ ਅਸੀਂ ਉਸਨੂੰ ਕੈਨੇਡਾ ਦੇ ਵਿੱਚ ਮਾਰ ਦੇਣਾ। ਤਾਂ ਦੱਸ ਦਈਏ ਕਿ ਇਹ ਪੂਰਾ ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਖਸ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਭਰਨ ਗਿਆ ਸੀ। ਤਾਂ ਇਸ ਤੋਂ ਪਹਿਲਾਂ ਹੀ ਇਸ ਨੂੰ ਫੋਨ 'ਤੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ, ਜੇਕਰ ਉਹ ਇਸ ਸੰਬੰਧੀ ਨੋਮੀਨੇਸ਼ਨ ਭਰੇਗਾ ਤਾਂ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਜਾਣਗੀਆਂ। ਜਿਸ 'ਤੇ ਇਸ ਸ਼ਖਸ ਨੇ ਸਾਰੀ ਆਡੀਓ ਦੀ ਇੱਕ ਹੁਣ ਵੀਡੀਓ ਵੀ ਬਣਾ ਲਈ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇਹ ਬਾਹਰੋਂ ਹੈ ਜੀ, ਹੈ ਬੰਦੇ ਜਾਣ ਪਛਾਣ ਜੀ, ਬਾਹਰੋਂ ਕੀ ਪਤਾ ਨਹੀਂ ਕੌਣ ਆਪਣੇ ਜੀ, ਹੈ ਬੰਦੇ ਜਾਣ ਪਛਾਣ ਜੀ। ਮੇਰੇ ਤੁਸੀਂ ਸੰਯੋਗ ਦੇ ਕਿੰਨੇ ਵਾਰੀ ਫੋਨ ਆ ਚੁੱਕਿਆ? ਮੈਂ 2 ਵਾਰੀ ਆ ਚੁੱਕਿਆ ਜੀ। ਮੇਰਾ ਪਿਓ ਬਹੁਤ ਸਹਿਮਿਆ ਪਿਆ ਜੀ, ਬਹੁਤ ਰੋਇਆ ਜੀ, ਉਹ ਮੈਨੂੰ ਘਰੋਂ ਬਾਹਰ ਜਾਣ ਨਹੀਂ ਦਿੱਤਾ। ਪਰ ਫਿਰ ਮੈਂ ਬਹੁਤ ਦਲੇਰ ਹੋ ਗਿਆ ਜੀ, ਮੈਂ ਉਹਨਾਂ ਨੂੰ ਕਿਹਾ ਕਿ ਮੈਂ ਦਸਤਾਰ ਬੰਨ ਕੇ ਐਂ ਮੁੱਛਾਂ ਕੁੰਨੀਆਂ ਕਰਕੇ ਐਂ ਰਾਤ ਨੂੰ ਸੋਇਆ ਕਰਨਾ, ਬਸ ਮੈਂ ਬਹੁਤ ਦਲੇਰ ਹੋ ਗਿਆ ਜੀ। ਉਸਦੀ ਕੋਈ ਰਿਕਾਰਡਿੰਗ ਵਗੈਰਾ ਹੋਈ ਹੈ ਤੁਹਾਡੇ ਕੋਲ ਕੋਈ? ਹਾਂਜੀ ਹਾਂਜੀ, ਮੇਰੇ ਕੋਲ ਵੀਡੀਓ ਹੈਗੀ ਜੀ ਬਗੈਨ ਦਾ, ਬਹੁਤ ਦਲੇਰ ਹੋ ਚੁੱਕਾ ਜੀ। ਮੇਰਾ ਸਾਰਾ ਪਿੰਡ ਮੇਰੇ ਨਾਲ ਆ ਜੀ। ਠੀਕ, ਕੀ ਨਾਮ ਤੁਹਾਡਾ? ਮੇਰਾ ਨਾਮ ਮਨਿੰਦਰ ਸਿੰਘ ਹੈ ਜੀ, ਪਿਆਰ ਨਾਲ ਪ੍ਰਿੰਸ ਕਹਿੰਦੇ ਜੀ। ਮਨਿੰਦਰ ਜੀ, ਕੀ ਰੌਲਾ ਹੈਗਾ, ਕੀ ਪ੍ਰੋਬਲਮ ਆਈ ਹੈ? ਮੈਨੂੰ ਬਹੁਤ ਸ਼ੌਂਕ ਆ ਜੀ ਪਿੰਡ 'ਚ ਕੰਮ ਕਰਨ ਦਾ ਜੀ। ਮੈਂ ਸਰਪੰਚੀ ਚੋਣੀਆਂ ਲੜੀਆਂ ਜੀ, ਫਾਰਮ ਭਰ ਚੁੱਕਾ ਜੀ, ਸਾਰੇ ਜਮ੍ਹਾਂ ਹੋ ਗਏ ਜੀ। ਮੈਨੂੰ ਹੁਣ ਧਮਕੀ ਆਈ ਜਾਂਦੀ ਮੇਰੇ ਮਾਂ ਪਿਓ ਨੂੰ ਜੀ, ਕਿ ਤੁਹਾਨੂੰ ਮਰਾ ਦਾਂਗੇ ਜੀ, ਐਂ ਕਰ ਦਾਂਗੇ ਜੇ ਘਰੋਂ ਬਾਹਰ ਨਿਕਲ ਗਿਆ, ਜਾਨ ਨੂੰ ਮਾਰਨੀ ਧਮਕੀ ਨਹੀਂ, ਕਹਿੰਦੇ 10 ਦਿਨ ਤੂੰ ਬਾਹਰ ਨਹੀਂ ਨਿਕਲਣਾ ਬਸ। ਹਾਂਜੀ ਹਾਂਜੀ, ਧਮਕੀ ਬਹੁਤ ਆਈ ਜਾਂਦੀ, ਉਹ ਸਹਿਮੇ ਪਏ ਆ ਜੀ, ਬਹੁਤ ਬੁਰਾ ਹਾਲ ਆ ਜੀ, ਮਾਰੇ ਮਾਂ ਪਿਓ ਰੋਈ ਜਾਂਦੇ ਜੀ। ਤੁਹਾਡੇ ਕੋਲ ਰਹਿੰਦਾ ਬਾਹਰ? ਮੇਰੀ ਸਿਸਟਰ ਰਹਿੰਦੀ ਬਾਹਰ ਜੀ। ਕੌਣ ਨੇ ਧਮਕੀ ਦੇਣ ਵਾਲੇ ਕੋਈ ਪਤਾ? ਉਹ ਐਂ ਨਹੀਂ ਪਤਾ ਜੀ ਸਾਨੂੰ, ਕੌਣ ਦੇ ਰਿਹਾ ਜੀ, ਬਾਹਰੋਂ ਫੋਨ ਆਈ ਜਾਂਦੇ ਬਹੁਤ ਜੀ। ਇਸ ਮਾਮਲੇ ਸੰਬੰਧੀ ਕਿਤੇ ਸ਼ਿਕਾਇਤ ਕੀਤੀ ਆ? ਹਾਂਜੀ, ਐਸਐਸਪੀ ਨੂੰ ਸ਼ਿਕਾਇਤ ਕੀਤੀ ਆ, ਉਹ ਵਾਅਦਾ ਕਹਿੰਦੇ ਆ ਕਿ ਤੁਹਾਡੇ ਨਾਲ ਆ, ਸਿਕਿਉਰਟੀ ਵੀ ਦੇਵਾਂਗੇ ਤੁਹਾਨੂੰ।
ਤੁਹਾਨੂੰ ਕੀ ਲੱਗਦਾ ਹੈਗਾ ਜਿਹੜੀਆਂ ਧਮਕੀਆਂ ਦਾ ਦੌਰ ਜਿਹੜਾ ਤੁਹਾਨੂੰ ਆ ਰਿਹਾ, ਕਿਹੜੇ ਨੰਬਰ ਤੋਂ ਆ ਤੇ ਕਿੱਥੋਂ ਦਾ ਕੋਈ ਲੱਗਦਾ? ਇੱਕ ਬਾਹਰੋਂ ਆ ਜੀ, ਕੋਈ ਹੈ ਤਾਂ ਜਾਣ ਪਛਾਣ ਹੀ ਹੈ ਜੀ ਬੰਦੇ, ਸਾਨੂੰ ਪਤਾ ਵੀ ਹੈ ਜੀ ਕੌਣ ਆ ਜੀ, ਅਤੇ ਸਾਡੇ ਮੇਰੇ ਨਾਲ ਆ ਪਿੰਡ ਸਪੋਟਰ ਸਾਰਾ, ਬਹੁਤ ਧੰਨਵਾਦ ਇਹਨਾਂ ਦਾ ਕਰਦਾ ਜੀ, ਮੈਨੂੰ ਹੁਣ ਵੀ ਆ ਰਹੇ ਆ, ਕਹਿੰਦੇ ਉੱਧਰ ਲੋਕ ਸਾਰੇ ਮਾਈ ਵੀ ਸਿੱਖ ਭਾਈਚਾਰਾ, ਬੋਰੀਆ ਸਿੱਖ ਭਾਈਚਾਰਾ, ਰਮਦਾਰੀਆ ਸਿੱਖ ਭਾਈਚਾਰਾ, ਅਸੀਂ ਕਹਿੰਦੇ ਕਿ ਵੋਟ ਇਹਨਾਂ ਨੂੰ ਪਾਉਣ ਜਾਣੀ ਨਹੀਂ, ਬਸ ਜੇ ਜਿੱਤ ਵੀ ਗਏ ਇਹਨਾਂ ਨੂੰ ਫਿਰ ਵੀ ਲਾਹਨਤਾ ਜੀ, ਜੇ ਜਾਣਗੇ ਥੂ ਥੂ ਹੋਊਗੀ ਇਹਨਾਂ ਦੀ ਸਾਰੇ ਪਾਸੇ। ਮੈਂ ਇਨਸਾਫ਼ ਚਾਹੀਦਾ ਮੈਨੂੰ ਜੀ, ਮੈਂ ਗਰੀਬ ਘਰ 'ਚੋਂ ਉੱਠਾ ਜੀ, ਮੈਨੂੰ ਸ਼ੌਂਕ ਆ ਪਿੰਡ 'ਚ ਕੰਮ ਕਰਨ ਦਾ, ਬਸ ਮੇਰੇ ਇਹੀ ਸ਼ੌਂਕ ਆ। ਵਿਰੋਧ 'ਚ ਕੌਣ ਖੜੇ ਨੇ? ਵਿਰੋਧ ਤਾਂ ਜੀ ਇੱਕ ਤਾਂ ਆਪਣੇ ਵਿਰੋਧ ਤਾਂ ਕੋਈ ਨਹੀਂ ਆ ਜੀ, ਮੇਰਾ ਸਾਰੇ ਮੇਰੇ ਭਾਈਚਾਰਾ ਜੀ, ਮੇਰਾ ਵਿਰੋਧ ਕੋਈ ਨਹੀਂ ਜੀ, ਮੇਰੇ ਸਾਰੇ ਭਾਈਚਾਰਾ ਵੀ, ਮੇਰੇ ਸਾਰੇ ਦਾਰਾ ਜੀ ਉਹ ਵੀ ਮੇਰਾ ਭਾਈਚਾਰਾ ਜੀ, ਮੇਰਾ ਭਰਾ ਵੱਡਾ ਜੀ, ਅਤੇ ਜਿਹੜਾ ਮੇਰਾ ਦੂਜਾ ਹਰਜੀਤ ਸਿੰਘ ਆ ਜੀ ਉਹ ਵੀ ਮੇਰਾ ਭਰਾ ਜੀ, ਮੈਂ ਇਹਨਾਂ ਦਾ ਨਹੀਂ ਵਿਰੋਧ ਕਰਨਾ ਚਾਹੁੰਦਾ ਜੀ, ਪਰ ਮੈਨੂੰ ਉੱਠਣ ਨਹੀਂ ਦਿੰਦੇ ਜੀ, ਬਸ ਮੇਰਾ ਇਨਸਾਫ਼ ਚਾਹੀਦਾ ਬਸ ਮੈਨੂੰ ਜੀ, ਮੇਰੀ ਆਵਾਜ਼ ਬਹੁਤ ਦੂਰ ਤੱਕ ਜਾਣੀ ਚਾਹੀਦੀ ਹੈ, ਮੈਨੂੰ ਬਹੁਤ ਸ਼ੌਂਕ ਆ ਜੀ ਕੰਮ ਕਰਨ ਦਾ ਪਿੰਡ, ਮੇਰੀ ਆਵਾਜ਼ ਤੁਸੀਂ ਬਹੁਤ ਦੂਰ ਤੱਕ ਪਹੁੰਚਾਓ, ਮੈਂ ਬਹੁਤ ਤੁਹਾਡਾ ਧੰਨਵਾਦ ਹਾਂ ਜੀ। ਜਗਵੀਰ ਸਿੰਘ ਜੋ ਨਵੇਂ ਯੂਥ ਦਾ ਮੁੰਡਾ ਜੰਗ ਬਲੱਡ ਉੱਠਿਆ ਹੈ, ਠੀਕ ਆ, ਉਹਦੀ ਆਪਣਾ ਪਿੰਡ ਦੇ ਵਿੱਚ ਸੇਵਾ ਕਰਨ ਦਾ ਉਹਨੂੰ ਮੌਕਾ ਮਿਲਿਆ, ਸੇਵਾ ਕਰਨੀ ਚਾਹੁੰਦਾ ਉਹਨੂੰ ਕਰਨੀ ਚਾਹੀਦੀ ਹੈ, ਜੇ ਉਹਨੂੰ ਵੋਟ ਪਾਉਣੀ ਕਿਸੇ ਨੇ ਪਾਵੇ ਪਰ ਇਹਨੂੰ ਧਮਕੀ ਦੇਣੀ ਬਹੁਤ ਗਲਤ ਗੱਲ ਹੈ, ਜੋ ਸਾਡੀ ਅੱਜ ਦੀ ਸਰਕਾਰ ਬਣੀ ਆ ਇਹ ਆਵਾਜ਼ ਸਾਡੇ ਸੀ ਐੱਮ ਸਾਹਿਬ ਤੱਕ ਜਾਣੀ ਚਾਹੀਦੀ ਆ, ਜੋ ਕਹਿੰਦਾ ਸੀਗਾ ਕਿ ਮੇਰਾ ਹਰਾ ਪੈੱਨ ਮੇਰਾ ਚੰਗੇ ਕੰਮ ਲਈ ਚੱਲੂਗਾ, ਅੱਜ ਇਹ ਹਰਾ ਪੈੱਨ ਉਹਦਾ ਇਹ ਚੰਗੇ ਕੰਮ ਵਾਸਤੇ ਚੱਲਣਾ ਚਾਹੀਦਾ। ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ? ਮੈਂ ਸਿਮੀਆ ਪਿੰਡ ਦਾ ਰਹਿਣ ਵਾਲਾ। ਮਾਮਲਾ ਕੋਈ ਇੰਨਾ ਸੀਰੀਅਸ ਨਹੀਂ ਗਾ, ਉਸਨੂੰ ਇਹੋ ਕਾਲ ਆਈ ਵੀ ਤੈਨੂੰ ਅਸੀਂ ਪੇਪਰ ਤੂੰ ਨਾ ਨੋਮੀਨੇਸ਼ਨ ਪੇਪਰ ਨਾ ਭਰੀ ਵੀ ਤੈਨੂੰ ਮਤਲਬ ਇਹਨੂੰ ਟਰਾਇਆ ਧਮਕਾਇਆ ਗਿਆ ਵਾ, ਅਤੇ ਕੱਲ੍ਹ ਫਿਰ ਉਹਨੂੰ ਕਾਲ ਆਈ ਸੀ, ਅਜੇ ਸਾਨੂੰ ਕਲੀਅਰ ਨਹੀਂ ਪਤਾ ਵੀ ਕਿੰਨੇ ਕਿਹੜੇ ਟਾਈਮ 'ਤੇ ਆਈ ਕਿਹੜੇ ਨਹੀਂ, ਕਾਲ ਆਈ ਸੀ ਵੀ ਇਸੇ ਸੰਬੰਧ ਵੀ ਤੂੰ ਆਪਣਾ ਨੋਮੀਨੇਸ਼ਨ ਪੇਪਰ ਨਾ ਭਰੀ, ਉਹਦੇ ਸੰਬੰਧ 'ਚ ਅਸੀਂ ਵੈਰੀਫਾਈ ਕਰ ਰਹੇ ਹਾਂ, ਕੋਈ ਵੈਰੀਫਾਈ ਕਰਕੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ। ਕੌਣ ਆ ਸਰ, ਕਿਹੜੇ ਪਿੰਡ ਦਾ ਰਹਿਣ ਵਾਲਾ? ਪਿੰਡ ਦਾ ਤਾਂ ਜੇ ਕੋਈ ਪਤਾ ਨਹੀਂ ਲੱਗਿਆ, ਜਿਹਨੂੰ ਕਾਲ ਆਈ ਹੈ ਉਹਦਾ ਨਾਮ ਆ ਆਪਣਾ ਮਨਿੰਦਰ ਸਿੰਘ ਦਾ ਨਾਮ ਜੀ, ਆਜ਼ਾਦ ਉਮੀਦਵਾਰ ਆ ਕੋਟਕਪੁਰੇ ਤੋਂ। ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਹੁਣ ਕਾਰਵਾਈ ਕੀਤੀ ਜਾਏਗੀ? ਸਾਡੇ ਵੱਲੋਂ ਜਿਹੜੀ ਕਾਲ ਆ ਉਹਨੂੰ ਚੰਗੀ ਤਰ੍ਹਾਂ ਟਰੇਸ ਕਰਕੇ ਫਿਰ ਜੋ ਬਣਦੀ ਕਾਰਵਾਈ ਕੀਤੀ ਜਾਊਗੀ, ਸੀਰੀਅਸਲੀ ਕੀਤੀ ਜਾਊ, ਕੋਈ ਇਹਦੇ ਵਿੱਚ ਦੋ ਰਾਏ ਨਹੀਂ ਕਿ। ਹਾਂਜੀ।